ਅਸਲਾਮ ਅਲੈਕਮ ਸਾਰਿਆਂ ਦੋਸਤਾਂ ਵੀਰਾਂ ਦਾ ਯਾ ਉੱਡਣੇ ਵਾਲੇ ਤਾਂ ਕੁਝ ਜੁੜਿਆ ਨੇ ਕਬੂਤਰ ਨੇ ਸਾਡੇ ਕੁਝ ਨਵੇਂ ਆਉਂਦੇ ਨੇ ਟੇਪਾਂ ਮਾਰੀਆਂ ਨੇ ਇਹਨਾਂ ਦਾ ਸ਼ੋਅ ਕਰੋ ਇਹ ਕਬੂਤਰੀ ਹੈ ਇਹ ਵੀ ਨਵੀਂ ਹੈ ਇਹ ਵਿੱਚ ਉਹ ਬੱਚਾ ਵੀ ਜਿਹੜਾ ਉਹ ਵੀ ਨਵਾਂ ਆਉਂਦਾ ਨਵੇਂ ਕਬੂਤਰ ਲੈ ਕੇ ਆਏ ਹਾਂ ਹੈ ਨੀਲੀ ਘੜੀ ਵਾਲਾ ਵੀ ਨਵਾਂ ਹੈ ਮੋਤੀ ਵਾਲਾ ਵੀ ਨਵਾਂ ਹੈ ਕੁਝ ਲੈ ਕੇ ਆਏ ਕਬੂਤਰ ਅਸਾਂ ਕਿਹਾ ਕੋਈ ਨਵੇਂ ਛੱਤ ਖੜੀ ਅੱਗੇ ਜਾਈਏ ਦਾਣੇ ਮਾਤੇ ਅਤੇ ਹੁਣ ਦਾਣੇ ਦਾ ਟਾਈਮ ਹੋ ਗਿਆ ਸੀ ਦਾਣਾ ਪਾਇਆ ਤਾਂ ਮੈਂ ਕਿਹਾ ਚਲੋ ਆਪੇ ਵੀ ਸ਼ੋਅ ਕਰਨੇ ਹਾਂ ਸਾਰਿਆਂ ਦੋਸਤਾਂ ਵੀ ਨਾਲ ਵੀ ਸ਼ੋਅ ਕਰਵਾਉਂਦੇ ਹਾਂ ਕਬੂਤਰਾਂ ਦਾ ਉਹ ਮੋਤੀਆਂ ਵਾਲਾ ਪੱਠਾ ਵੀ ਜਿਹੜਾ ਵੀ ਨਵਾਂ ਆਇਆ ਵਿੱਚ ਬੱਚੇ ਜਿਹੜੇ ਨੇ ਇਹ ਬੱਚਾ ਨਵਾਂ ਖੋਲਿਆ ਨੱਪੇ ਅਸੀਂ ਨਹੀਂ ਉਡਾਇਆ ਨਹੀਂ ਆਇਆ ਉਸ ਤੋਂ ਇਲਾਵਾ ਉਹ ਪੱਠਾ ਸੂਈ ਟੇਪ ਲੱਗੀ ਇਹ ਕਬੂਤਰ ਜਿਹੜਾ ਅਗਲੇ ਦਿਨ ਰਾਤ ਰੁਕ ਕੇ ਆਇਆ ਸੀ 12 ਵਜੇ ਨਾਲ ਬੈਠਾ ਸੀ ਇਹ ਟੈਡੀ ਪੱਠਾ ਵੀ ਜਿਹੜਾ ਨੱਪਿਆ ਸੀ ਅਤੇ ਖੋਲ੍ਹਿਆ ਇਹ 2-4 ਵਾਰ ਲਾਇਆ ਅਤੇ ਗੇੜੇ ਛੇੜੇ ਲਾ ਕੇ ਬਹਿੰਦਾ ਕੁਝ ਹੈ ਕਬੂਤਰ ਨੇ ਸਾਡੀ ਵੀਡੀਓ ਚੰਗੀ ਲੱਗੀ ਅਗਰ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬੈਲ ਆਈਕਨ 'ਤੇ ਹੱਥ ਲਾ ਦਿਓ ਸਾਡੀਆਂ ਨਵੀਂ ਨਵੀਂ ਵੀਡੀਓ ਵੇਖਣ ਅਤੇ ਇਨਸ਼ਾਅੱਲਾ ਅਸੀਂ ਤੁਹਾਡੇ ਵਾਸਤੇ ਮਜ਼ੇਦਾਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਅਤੇ ਫਿਲਹਾਲ ਕੰਮ ਤਾਂ ਹੋਵੇਗਾ ਫਰੀ ਨਹੀਂ ਹੋਵੇਗਾ ਇਸ ਗੱਲ ਵੀਡੀਓ ਨਵੀਂ ਅਪਲੋਡ ਨਹੀਂ ਹੁੰਦੀ ਤੁਹਾਨੂੰ ਜੋੜੇ ਲਾਉਣ ਦਾ ਤਰੀਕਾ ਦੱਸਾਂਗੇ ਇਨਸ਼ਾਅੱਲਾ ਕੋਈ ਦਵਾਈਆਂ ਬਾਰੇ ਵੀ ਦੱਸਾਂਗੇ ਜੁੰਮੇ ਵਾਲੇ ਦਿਹਾੜੇ ਇਨਸ਼ਾਅੱਲਾ ਤੁਹਾਡੇ ਵਾਸਤੇ ਵੀਡੀਓ ਲੇਟੈਸਟ ਵਧੀਆ ਵਧੀਆ ਲੈ ਕੇ ਆਵਾਂਗੇ ਕਬੂਤਰਾਂ ਦੇ ਗਲੇ ਵਿੱਚ ਜਿਹੜਾ ਜ਼ਹਿਰ ਬਾਤ ਹੋ ਜਾਂਦਾ ਉਹਦਾ ਵੀ ਇਲਾਜ ਦੱਸਾਂਗੇ ਅਤੇ ਵੀਡੀਓ ਸਾਡੀ ਨੂੰ ਸ਼ੇਅਰ ਵੀ ਕਰਿਆ ਕਰੋ ਅਤੇ ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਚ ਆਪਣਾ ਖਿਆਲ ਰੱਖਿਓ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼